ਕੜਾਕੇ ਦੀ ਠੰਡ ਦੇ ਵਿੱਚ ਭੁੰਜੇ ਬੈਠੇ ਸਕੂਲੀ ਵਿਦਿਆਰਥੀ, ਜਿੱਥੇ ਕਿ ਤਾਪਮਾਨ 6 ਡਿਗਰੀ ਤੱਕ ਦੱਸਿਆ ਜਾ ਰਿਹਾ ਹੈ। ਬੱਚੇ ਇੰਨੀ ਠੰਡ ਦੇ ਵਿੱਚ ਕੰਬਦੇ ਨਜ਼ਰ ਆਏ। ਤੁਹਾਨੂੰ ਦੱਸ ਦਈਏ ਕਿ ਗਣਤੰਤਰ ਦਿਵਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਵੇਖ ਸਕਦੇ ਹੋ ਸਕੂਲੀ ਬੱਚੇ ਜਿਹੜੇ ਕਿ ਨੀਚੇ ਬੈਠੇ ਨੇ ਤੇ ਇੰਨੀ ਠੰਡ ਦੇ ਵਿੱਚ ਕਈ ਘੰਟਿਆਂ ਤੱਕ ਇਹਨਾਂ ਬੱਚਿਆਂ ਨੂੰ ਭੁੰਜੇ ਬੈਠਣਾ ਪੈਂਦਾ, ਜਿੱਥੇ ਕਿ ਤਾਪਮਾਨ 6 ਡਿਗਰੀ ਤੱਕ ਦੱਸਿਆ ਜਾ ਰਿਹਾ ਹੈ ਤੇ ਬੱਚੇ ਇੰਨੀ ਠੰਡ ਦੇ ਵਿੱਚ ਕੰਬਦੇ ਨਜ਼ਰ ਆਏ। ਤਾਂ ਤੁਹਾਨੂੰ ਦੱਸ ਦਈਏ ਕਿ ਸਟੇਜ ਤੇ ਬੈਠਣ ਲਈ ਤਾਂ ਕੁਰਸੀਆਂ ਲਗਾ ਦਿੱਤੀਆਂ ਗਈਆਂ, ਪਰ ਬੱਚਿਆਂ ਦੇ ਬੈਠਣ ਲਈ ਕੋਈ ਵੀ ਇੰਤਜ਼ਾਮ ਨਹੀਂ ਕੀਤਾ ਗਿਆ। ਤਾਂ ਬੱਚਿਆਂ ਨੂੰ ਨੀਚੇ ਹੀ ਭੁੰਜੇ ਇੰਨੀ ਠੰਡ ਦੇ ਵਿੱਚ ਬਿਠਾ ਦਿੱਤਾ ਗਿਆ। ਜਦਕਿ ਇਸ ਸੰਬੰਧੀ ਬੱਚਿਆਂ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇੱਥੇ ਬਹੁਤ ਠੰਡ ਹੈ, ਸਾਡੇ ਬੈਠਣ ਲਈ ਕੋਈ ਨਾ ਕੋਈ ਇੰਤਜ਼ਾਮ ਇਹਨਾਂ ਨੂੰ ਕਰਨਾ ਚਾਹੀਦਾ ਸੀ। ਤਾਂ ਦੱਸ ਦੇ ਕਿ ਪੂਰਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ, ਜਿੱਥੇ 26 ਜਨਵਰੀ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਇੱਕ ਪਰਫਾਰਮੈਂਸ ਦਿੱਤੀ ਜਾਣੀ ਸੀ, ਜਿਸ ਕਰਕੇ ਇਹਨਾਂ ਬੱਚਿਆਂ ਨੂੰ ਕਈ ਘੰਟੇ ਤੱਕ ਜ਼ਮੀਨ 'ਤੇ ਭੁੰਜੇ ਬਿਠਾਇਆ ਗਿਆ। ਤਾਂ ਇੰਨੀ ਕੜਾਕੇ ਦੀ ਠੰਡ ਦੇ ਵਿੱਚ ਬੱਚੇ ਕਈ ਘੰਟੇ ਤੱਕ ਜ਼ਮੀਨ 'ਤੇ ਭੁੰਜੇ ਬੈਠੇ ਰਹਿੰਦੇ ਨੇ, ਜੋ ਕਿ ਵੱਡਾ ਸਵਾਲ ਪ੍ਰਸ਼ਾਸਨ 'ਤੇ ਵੀ ਖੜਾ ਕਰਦਾ ਹੈ ਕਿ ਜਿੱਥੇ ਸਟੇਜ 'ਤੇ ਬੈਠਣ ਲਈ ਤਾਂ ਕੁਰਸੀਆਂ ਲਗਾ ਦਿੱਤੀਆਂ ਗਈਆਂ, ਪਰ ਇਹਨਾਂ ਬੱਚਿਆਂ ਦੇ ਬੈਠਣ ਲਈ ਕੋਈ ਵੀ ਇੰਤਜ਼ਾਮ ਨਹੀਂ ਕੀਤਾ ਗਿਆ। ਤਾਂ ਤਸਵੀਰਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਬੱਚੇ ਠੰਡ ਦੇ ਵਿੱਚ ਕੰਬਦੇ ਵੀ ਨਜ਼ਰ ਆਏ ਨੇ। ਜਦ ਗੱਲਬਾਤ ਕੀਤੀ ਗਈ ਤਾਂ ਬੱਚਿਆਂ ਨੇ ਵੀ ਕਿਹਾ ਕਿ ਬਹੁਤ ਠੰਡ ਹੈ ਅਤੇ ਇਹਨਾਂ ਨੂੰ ਬੈਠਣ ਦਾ ਇੰਤਜ਼ਾਮ ਕਰਨਾ ਚਾਹੀਦਾ ਸੀ। ਤਾਂ ਮੋਗਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ, ਜਿੱਥੇ 26 ਜਨਵਰੀ ਦਾ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ, ਜਿਸ ਨੂੰ ਲੈ ਕੇ ਸਕੂਲੀ ਬੱਚਿਆਂ ਵੱਲੋਂ ਪਰਫਾਰਮੈਂਸ ਦਿੱਤੀ ਜਾਣੀ ਸੀ, ਜਿਸ ਕਾਰਨ ਇਹਨਾਂ ਦੇ ਬੈਠਣ ਦਾ ਕੋਈ ਵੀ ਇੰਤਜ਼ਾਮ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਨਹੀਂ ਕੀਤਾ ਗਿਆ ਅਤੇ ਮਜਬੂਰਨ ਇਹਨਾਂ ਬੱਚਿਆਂ ਨੂੰ ਕਈ ਘੰਟੇ ਜ਼ਮੀਨ 'ਤੇ ਬੈਠਣਾ ਪੈਂਦਾ ਇੰਨੀ ਠੰਡ ਦੇ ਵਿੱਚ, ਜਦਕਿ ਤਾਪਮਾਨ 6 ਡਿਗਰੀ ਤੱਕ ਦੱਸਿਆ ਜਾ ਰਿਹਾ ਸੀ। ਕੜਾਕੇ ਦੀ ਠੰਡ ਦੇ ਵਿੱਚ ਭੁੰਜੇ ਬੈਠੇ ਸਕੂਲੀ ਵਿਦਿਆਰਥੀ, ਜਿੱਥੇ ਕਿ ਤਾਪਮਾਨ 6 ਡਿਗਰੀ ਤੱਕ ਦੱਸਿਆ ਜਾ ਰਿਹਾ ਹੈ। ਬੱਚੇ ਇੰਨੀ ਠੰਡ ਦੇ ਵਿੱਚ ਕੰਬਦੇ ਨਜ਼ਰ ਆਏ। ਤੁਹਾਨੂੰ ਦੱਸ ਦਈਏ ਕਿ ਗਣਤੰਤਰ ਦਿਵਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਵੇਖ ਸਕਦੇ ਹੋ ਸਕੂਲੀ ਬੱਚੇ ਜਿਹੜੇ ਕਿ ਨੀਚੇ ਬੈਠੇ ਨੇ ਤੇ ਇੰਨੀ ਠੰਡ ਦੇ ਵਿੱਚ ਕਈ ਘੰਟਿਆਂ ਤੱਕ ਇਹਨਾਂ ਬੱਚਿਆਂ ਨੂੰ ਭੁੰਜੇ ਬੈਠਣਾ ਪੈਂਦਾ, ਜਿੱਥੇ ਕਿ ਤਾਪਮਾਨ 6 ਡਿਗਰੀ ਤੱਕ ਦੱਸਿਆ ਜਾ ਰਿਹਾ ਹੈ ਤੇ ਬੱਚੇ ਇੰਨੀ ਠੰਡ ਦੇ ਵਿੱਚ ਕੰਬਦੇ ਨਜ਼ਰ ਆਏ। ਤਾਂ ਤੁਹਾਨੂੰ ਦੱਸ ਦਈਏ ਕਿ ਸਟੇਜ 'ਤੇ ਬੈਠਣ ਲਈ ਤਾਂ ਕੁਰਸੀਆਂ ਲਗਾ ਦਿੱਤੀਆਂ ਗਈਆਂ, ਪਰ ਬੱਚਿਆਂ ਦੇ ਬੈਠਣ ਲਈ ਕੋਈ ਵੀ ਇੰਤਜ਼ਾਮ ਨਹੀਂ ਕੀਤਾ ਗਿਆ। ਤਾਂ ਬੱਚਿਆਂ ਨੂੰ ਨੀਚੇ ਹੀ ਭੁੰਜੇ ਇੰਨੀ ਠੰਡ ਦੇ ਵਿੱਚ ਬਿਠਾ ਦਿੱਤਾ ਗਿਆ। ਜਦਕਿ ਇਸ ਸੰਬੰਧੀ ਬੱਚਿਆਂ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇੱਥੇ ਬਹੁਤ ਠੰਡ ਹੈ, ਸਾਡੇ ਬੈਠਣ ਲਈ ਕੋਈ ਨਾ ਕੋਈ ਇੰਤਜ਼ਾਮ ਇਹਨਾਂ ਨੂੰ ਕਰਨਾ ਚਾਹੀਦਾ ਸੀ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ, ਜਿੱਥੇ 26 ਜਨਵਰੀ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਇੱਕ ਪਰਫਾਰਮੈਂਸ ਦਿੱਤੀ ਜਾਣੀ ਸੀ, ਜਿਸ ਕਰਕੇ ਇਹਨਾਂ ਬੱਚਿਆਂ ਨੂੰ ਕਈ ਘੰਟੇ ਤੱਕ ਜ਼ਮੀਨ 'ਤੇ ਭੁੰਜੇ ਬਿਠਾਇਆ ਗਿਆ। ਤਾਂ ਇੰਨੀ ਕੜਾਕੇ ਦੀ ਠੰਡ ਦੇ ਵਿੱਚ ਬੱਚੇ ਕਈ ਘੰਟੇ ਤੱਕ ਜ਼ਮੀਨ 'ਤੇ ਭੁੰਜੇ ਬੈਠੇ ਰਹਿੰਦੇ ਨੇ, ਜੋ ਕਿ ਵੱਡਾ ਸਵਾਲ ਪ੍ਰਸ਼ਾਸਨ 'ਤੇ ਵੀ ਖੜਾ ਕਰਦਾ ਹੈ ਕਿ ਜਿੱਥੇ ਸਟੇਜ 'ਤੇ ਬੈਠਣ ਲਈ ਤਾਂ ਕੁਰਸੀਆਂ ਲਗਾ ਦਿੱਤੀਆਂ ਗਈਆਂ, ਪਰ ਇਹਨਾਂ ਬੱਚਿਆਂ ਦੇ ਬੈਠਣ ਲਈ ਕੋਈ ਵੀ ਇੰਤਜ਼ਾਮ ਨਹੀਂ ਕੀਤਾ ਗਿਆ। ਤਾਂ ਤਸਵੀਰਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਬੱਚੇ ਠੰਡ ਦੇ ਵਿੱਚ ਕੰਬਦੇ ਵੀ ਨਜ਼ਰ ਆਏ ਨੇ। ਜਦ ਗੱਲਬਾਤ ਕੀਤੀ ਗਈ ਤਾਂ ਬੱਚਿਆਂ ਨੇ ਵੀ ਕਿਹਾ ਕਿ ਬਹੁਤ ਠੰਡ ਹੈ ਅਤੇ ਇਹਨਾਂ ਨੂੰ ਬੈਠਣ ਦਾ ਇੰਤਜ਼ਾਮ ਕਰਨਾ ਚਾਹੀਦਾ ਸੀ।
ਤਾਂ ਮੋਗਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ 26 ਜਨਵਰੀ ਦਾ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਨੂੰ ਲੈ ਕੇ ਸਕੂਲੀ ਬੱਚਿਆਂ ਵੱਲੋਂ ਪਰਫਾਰਮੈਂਸ ਦਿੱਤੀ ਜਾਣੀ ਸੀ, ਜਿਸ ਕਾਰਨ ਇਹਨਾਂ ਦੇ ਬੈਠਣ ਦਾ ਕੋਈ ਵੀ ਇੰਤਜ਼ਾਮ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਨਹੀਂ ਕੀਤਾ ਗਿਆ ਅਤੇ ਮਜਬੂਰਨ ਇਹਨਾਂ ਬੱਚਿਆਂ ਨੂੰ ਕਈ ਘੰਟੇ ਜ਼ਮੀਨ 'ਤੇ ਬੈਠਣਾ ਪੈਂਦਾ ਇੰਨੀ ਠੰਡ ਦੇ ਵਿੱਚ, ਜਦਕਿ ਤਾਪਮਾਨ 6 ਡਿਗਰੀ ਤੱਕ ਦੱਸਿਆ ਜਾ ਰਿਹਾ ਸੀ। ਥੱਲੇ ਬੈਠੇ ਪਰੇਸ਼ਾਨੀ ਲੱਗਦੀ ਪਈ ਹੈ ਜੀ।